ਅੱਜ ਥੋੜ੍ਹਾ ਜਿਹਾ ਟਾਈਮ ਮਿਲਿਆ ਸੀਗਾ, ਮੈਂ ਕਿਹਾ ਪਰਿੰਦਿਆਂ ਦੀ ਵੈਕਸੀਨ ਕਰਨ ਦਾ ਵੀ ਟਾਈਮ ਹੋਇਆ ਵਾ ਔਰ ਵੈਕਸੀਨ ਵੀ ਪਈ ਮੇਰੇ ਕੋਲ, ਅਤੇ ਦੋਸਤਾਂ ਦੇ ਨਾਲ ਸ਼ੇਅਰ ਕਰਦੇ ਹਾਂ। ਅਸਲਾਮ ਵਾਲੇਕੁਮ ਰਹਿਮਤੁੱਲਾ ਬਰਕਾਤੁਹ, ਮੇਰੇ ਸਭ ਦੋਸਤ ਬਜ਼ੁਰਗ ਭਾਈ ਖਰੀਅਤ ਨਾਲ ਹੋਣਗੇ ਔਰ ਅੱਲਾਹ ਪਾਕ ਦੁਆ ਹੈ ਕਿ ਮਾਲਕ ਸਾਹਿਬ ਨੂੰ ਆਪਣੇ ਹਿਫਜ਼ ਓ ਅਮਾਨ 'ਚ ਰੱਖੇ। ਦੋਸਤੋ ਮੇਰੇ ਚੈਨਲ 'ਤੇ ਨਏ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦਬਾ ਦਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਤਮਾਮ ਹੀ ਦੋਸਤਾਂ ਤੱਕ ਪਹੁੰਚਦੀ ਰਹੇ। ਸਭ ਤੋਂ ਪਹਿਲੇ ਤਾਂ ਇਸ ਟਾਈਮ ਵੈਕਸੀਨ ਕੋਲ, ਗਰਮੀ ਵੀ ਬਹੁਤ ਹੈ, ਸ਼ਾਮ ਦਾ ਟਾਈਮ ਹੋ ਗਿਆ ਔਰ ਕਿਸ ਤਰੀਕੇ ਨਾਲ ਰੱਖ ਕੇ ਬੈਠਾ ਹੋਇਆ ਵਾਂ ਉਹ ਦੋਸਤਾਂ ਦੇ ਨਾਲ ਸ਼ੇਅਰ ਕਰਦੇ ਹਾਂ। ਫਿਰ ਅੱਗੇ ਦਿਖਾਉਂਦੇ ਹਾਂ ਮਜ਼ੀਦ। ਇਹ ਦੇਖੋ ਇਹ ਵੈਕਸੀਨ ਬਰਫ਼ ਦੇ ਵਿੱਚ ਲਾ ਕੇ ਕਰੀਬ ਰੱਖੀ ਹੋਈ ਅਜ਼ਾਫੀ, ਔਰ ਜਿਹੜਾ ਇੰਜੈਕਸ਼ਨ ਆ ਉਹ ਹੈ ਇਹ ਵੀ ਠੰਡੇ ਪਾਣੀ ਦੇ ਵਿੱਚ ਰੱਖਿਆ ਤਾਂ ਕਿ ਇੱਕ ਪਰਿੰਦੇ ਨੂੰ ਛੱਡ ਕੇ ਦੂਸਰੇ ਪਰਿੰਦੇ ਤੱਕ ਜਾਂਦਿਆਂ ਹੋਇਆਂ ਪਕੜ ਕੇ ਲੈ ਕੇ ਆਉਣ 'ਚ ਥੋੜ੍ਹਾ ਜਿਹਾ ਟਾਈਮ ਲੱਗਦਾ ਵਾ। ਇਸ ਦੌਰਾਨ ਟੈਂਪਰੇਚਰ ਜਿਹੜਾ ਵਾ ਇਹ ਵੈਕਸੀਨ ਨੂੰ ਐਕਸਪਾਇਰ ਕਰ ਦਿੰਦਾ ਵਾ, ਔਰ ਬਹੁਤ ਸਾਰੇ ਦੋਸਤ ਇਸ ਚੀਜ਼ ਦਾ ਧਿਆਨ ਨਹੀਂ ਕਰਦੇ। ਮੈਂ ਵੀ ਕੁਛ ਬੰਦਿਆਂ ਨੂੰ ਜਾਣਦਾ ਵਾਂ ਕਿ ਜਿਨ੍ਹਾਂ ਨੇ ਵੈਕਸੀਨ ਖਰੀਦੀ ਲੈ ਕੇ ਆਏ ਲੇਕਿਨ ਉਹਦੇ ਵਿੱਚ ਉਹਨਾਂ ਨੇ ਉਹਦੀ ਕੂਲਿੰਗ ਦਾ ਧਿਆਨ ਨਹੀਂ ਰੱਖਿਆ, ਵੈਕਸੀਨ ਲਗਾਈ ਔਰ ਪਰਿੰਦੇ ਐਕਸਪਾਇਰ ਹੋ ਗਏ। ਦੋਸਤੋ ਇਸ ਚੀਜ਼ ਦਾ ਲਾਜ਼ਮੀ ਲਾਜ਼ਮੀ ਇਸ ਚੀਜ਼ ਦਾ ਖਿਆਲ ਰੱਖਣਾ ਕਿ ਕਦੀ ਵੀ ਵੈਕਸੀਨ ਜਿਹੜੀ ਹੈ, ਜਿਸ ਤਰ੍ਹਾਂ ਕਿ ਇਨਸਾਨਾਂ ਦੀਆਂ ਕੁਛ ਵੈਕਸੀਨਾਂ ਨੇ ਜਿਹੜੀਆਂ ਕਿ ਕੂਲਿੰਗ ਵਾਲੇ ਵਿੱਚ ਰੱਖਣੀਆਂ ਲਾਜ਼ਮੀ ਨੇ, ਇਸੇ ਤਰ੍ਹਾਂ ਹੀ ਪਰਿੰਦਿਆਂ ਦੀਆਂ ਵੀ ਨੇ। ਜਿਹੜੀ ਕੂਲਿੰਗ ਵਾਲੀ ਹੈ ਉਹਨੂੰ ਕੂਲਿੰਗ ਦਿਓ, ਜਿਹੜੀ ਬਗੈਰ ਕੂਲਿੰਗ ਤੋਂ ਨਾਰਮਲ ਟੈਂਪਰੇਚਰ ਦੀ ਮੈਡੀਸਨ ਆ ਉਹਨੂੰ ਨਾਰਮਲ ਟੈਂਪਰੇਚਰ 'ਤੇ ਰੱਖੋ। ਇਹ ਅਸੀਂ 0.5 ਫੀ ਪਰਿੰਦਾ ਆਪਣਾ ਲਗਾਵਾਂਗੇ, ਜਿਹੜੇ ਪਰਿੰਦਾ ਕਿ 10 ਮਹੀਨੇ ਜਾਂ 1 ਸਾਲ ਤੱਕ ਨੇ ਜਾਂ 1 ਸਾਲ ਤੋਂ ਉੱਤੇ ਦੇ ਨੇ, ਜਿਤਨੇ ਵੀ ਮੇਰੇ ਪਰਿੰਦੇ ਨੇ ਸਾਰਿਆਂ ਨੂੰ 0.5 ਲਾਵਾਂਗੇ, ਅਤੇ ਜਿਹੜੇ ਛੋਟੇ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਡਾਊਨ ਕਰਦੇ ਜਾਵਾਂਗੇ। ਔਰ ਇਹ ਪਰਿੰਦਾ ਜਿਹੜਾ ਮੁਰਗਾ ਮੇਰਾ ਇਹ ਦੇਖਣ ਦੇ ਛੋਟਾ ਹੈ ਕਿਉਂਕਿ ਇਹਦੀ ਗਰੋਥ ਦਾ ਥੋੜ੍ਹਾ ਜਿਹਾ ਇਹਦਾ ਬਿਮਾਰ ਹੋ ਗਿਆ ਸੀਗਾ, ਬਿਮਾਰੀ ਦੇ ਵਿੱਚ ਇਹਦਾ ਇਸ਼ੂ ਆਇਆ, ਕਵਰ ਹੋ ਗਿਆ ਅੱਲਾ ਖੈਰ ਕਰੇ, ਹੁਣ ਅੱਗੇ ਅੱਗੇ ਆਪਣੀ ਸਿਹਤ ਬਿਹਤਰ ਕਰ ਲਏਗਾ। ਲੇਕਿਨ ਇਹ ਕਿ ਇਹ 10 ਮਹੀਨੇ ਦਾ ਹੋ ਗਿਆ, ਲੇਕਿਨ ਲੱਗਦਾ ਨਹੀਂ 10 ਮਹੀਨੇ ਦਾ। ਉਹਦੀ ਮੇਨ ਵਜ੍ਹਾ ਹੀ ਇਹੀ ਹੈ ਕਿ ਬਿਮਾਰੀ ਦੇ ਵਿੱਚ ਰਿਹਾ ਵਾ ਔਰ ਹੁਣ ਅੱਲਾ ਖੈਰ ਕਰੇ ਫਿੱਟ ਹੈ। ਇਹ ਜ਼ੇਰੇ ਜਿਲਦ ਲੱਗਦੀ ਹੈ, ਪਹਿਲਾਂ ਇੰਜੈਕਸ਼ਨ ਇਸੇ ਨੂੰ ਲਗਾਵਾਂਗਾ ਔਰ ਦੋਸਤਾਂ ਦੇ ਨਾਲ ਚੈੱਕ ਕਰਾਵਾਂਗਾ ਪੂਰਾ। ਬਿਸਮਿਲ੍ਲਾ ਵੈਕਸੀਨ ਜਿਹੜੀ ਹੈ ਸਾਡੀ ਉਹ ਹੈਗੀ ਹੈ ਜੀ, ਇੰਜੈਕਸ਼ਨ ਲਗਾ ਲਈ ਹੈ, ਜ਼ੇਰੇ ਜਿਲਦ ਲਗਾਉਣਾ ਵਾ। ਹੁਣ ਦਿਖਾਉਂਦੇ ਹਾਂ ਜੀ ਤੁਹਾਨੂੰ ਦੋ ਪਰਾਂ ਦੇ ਵਿੱਚ ਇਹਦੇ ਮੈਂ ਲਗਾਈ ਹੈ ਮੈਡੀਸਨ ਗੈਲੀਬਿਓਨ ਐਂਡੀ। ਇਹ ਦੇਖੋ ਇਹ ਹਿੱਸੇ ਦੇ ਵਿੱਚ ਦਿਖ ਰਹੀ ਹੈ, ਸਹੀ ਹੈ, ਆ ਵਾਈਟ ਜਿਹੜੀ ਹੈ ਮੈਡੀਸਨ ਹੈ। ਅੱਧੀ ਮੈਂ ਇੱਕ ਪਾਰ ਦੇ ਵਿੱਚ ਲਗਾਈ ਹੈ, ਅੱਧੀ ਮੈਂ ਦੂਸਰੇ ਪਾਰ 'ਚ ਲਗਾਈ ਹੈ। ਇਸੇ ਤਰ੍ਹਾਂ ਹੀ ਦੋਸਤੋ ਜ਼ੇਰੇ ਜਿੰਦ ਲਗਾਉਣੀ ਹੈ ਕਿਉਂਕਿ ਮੇਰੇ ਲਗਾਉਂਦੇ ਹਾਂ, ਮੈਂ ਇਸ ਵੱਲੋਂ ਨਹੀਂ ਦਿਖਾਇਆ ਕਿਉਂਕਿ ਮੇਰੇ ਇੱਕ ਵੀਡੀਓ 'ਤੇ ਪਹਿਲੇ ਇਸ਼ੂ ਆ ਚੁੱਕਿਆ ਵਾ, ਪਰਿੰਦਾ ਫੜ ਕੇ ਹੱਥ 'ਚ ਪਕੜਿਆ ਸੀਗਾ ਇਸੇ ਤਰ੍ਹਾਂ, ਡਰਿਆ ਪੁੱਛ ਲਿਆ ਔਰ ਉਹ ਵੀਡੀਓ ਮੇਰੀ ਬੈਨ ਹੋ ਗਈ ਸੀ। ਅਤੇ ਗੈਲੀਬਿਓਨ ਐਂਡੀ ਇੱਕ ਪਰਿੰਦੇ ਨੂੰ ਲਗਾ ਲਈ ਹੈ ਔਰ ਇਨਸ਼ਾਅੱਲਾ ਸਾਰਿਆਂ ਨੂੰ ਲਗਾਉਣੀ ਹੈ। ਇਹ ਲੈ ਕੇ ਆਪਣੀ ਰੱਖੀ ਹੋਈ ਹੈ ਬੈਲ, ਔਰ ਇਹ 21 ਦਿਨਾਂ ਦੇ ਵਿੱਚ ਡੈਡ ਸੈੱਲ ਹੁੰਦੇ ਆ ਜਿਸਮ ਦੇ ਅੰਦਰ ਜਾ ਕੇ ਐਕਟਿਵ ਹੁੰਦੇ ਨੇ ਔਰ 21 ਦਿਨਾਂ ਤੋਂ ਬਾਅਦ ਇਹਨਾਂ ਨੇ ਆਪਣੀ ਵਰਕਿੰਗ ਸ਼ੁਰੂ ਕਰਨੀ ਹੁੰਦੀ ਹੈ। ਸਿਹਤਮੰਦ ਪਰਿੰਦੇ ਨੂੰ ਲੱਗਦੀ ਹੈ
ਬਿਮਾਰੀ ਦੀ ਹਾਲਤ 'ਚ ਇਹ ਮੈਡੀਸਨ ਕੰਮ ਨਹੀਂ ਕਰਦੀਆਂ, ਔਰ ਇਹਨਾਂ ਦਾ ਕੰਮ ਜਿਹੜਾ ਵਾ ਮੁਖਤਲਿਫ ਬਿਮਾਰੀਆਂ ਤੋਂ ਕੋਵਿਡ ਤੇ ਮੁਦਾਫਤ ਦੇਣੀ, ਰਾਣੀ ਖੇਤ ਵਗੈਰਾ ਇਸ ਤਰ੍ਹਾਂ ਦਾ ਕੋਈ ਵੀ ਇਸ਼ੂ ਜਿਹੜਾ ਵਾ ਪਰਿੰਦਿਆਂ 'ਚ ਨਹੀਂ ਆਉਂਦਾ, ਹਰ 3 ਮਹੀਨੇ ਬਾਅਦ ਮੈਡੀਸਨ ਰਿਪੀਟ ਹੁੰਦੀ ਹੈ। ਇਸ ਵਾਸਤੇ ਆਪਣੀ ਰੱਖੀ ਹੋਈ ਹੈ, ਜਿਸ ਲਈ ਸ਼ੌਕ ਕਰਨਾ ਵਾ ਫਿਰ ਕੀਮਤਾਂ ਵੈਲਿਊ ਨਹੀਂ ਰੱਖਦੀਆਂ, ਫਿਰ ਆਪਣਾ ਸ਼ੌਕ ਜਿਹੜਾ ਵਾ ਉਹ ਵੈਲਿਊ ਰੱਖਦਾ। ਉਮੀਦ ਹੈ ਕਿ ਵੀਡੀਓ ਦੋਸਤਾਂ ਨੂੰ ਅੱਛੀ ਲੱਗੀ ਹੋਏਗੀ, ਕੁਛ ਥੋੜ੍ਹਾ ਜਿਹਾ ਟਾਈਮ ਮਿਲਿਆ ਵਾ। ਵਾਲਦਾ ਦੀ ਸਿਹਤ ਅੱਲਾ ਖੈਰ ਕਰੇ, ਪਹਿਲੇ ਨਾਲੋਂ ਕਾਫੀ ਬਿਹਤਰ ਹੈ। ਕਾਲ ਮਹਿਮੂਦ ਨੂੰ ਇਜਾਜ਼ਤ ਦਿਓ, ਅੱਲਾ।